ਯੋ ਵਟਸਅਪ ਪ੍ਰੋਜੈਕਟ ਕਿਵੇਂ ਹੋ, ਕੀ ਹਾਲ ਚਾਲ, ਬਾਪ ਆਫ ਆਲ ਕੋਲੈਬਰੇਸ਼ਨ ਕਰਨ ਔਜਲ ਐਕਸ, ਵਿੱਕੀ ਕੌਸ਼ਲ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਰਨ ਔਜਲੇ ਦਾ ਬਾਲੀਵੁੱਡ ਦਾ ਡੈਬਿਊ ਟਰੈਕ ਫਾਈਨਲੀ ਅਨਾਊਂਸ ਹੋ ਚੁੱਕਿਆ, ਗਾਣਿਆਂ ਨਾਮ ਰਹਿਣ ਵਾਲਾ ਜੀ ਤੌਬਾ ਤੌਬਾ। ਤੁਸੀਂ ਕਰਨ ਔਜਲੇ ਦੇ ਹੁਣ ਤੱਕ ਕਾਫੀ ਸਾਰੇ ਗਾਣੇ ਸੁਣੇ ਹੋਣਗੇ, ਲਿਟਰਲੀ ਮੈਨੂੰ ਇਹ ਗਾਣੇ ਦਾ ਜਿਹੜਾ ਇੱਕ ਸਨਿੱਪਟ ਸੁਣਨ ਨੂੰ ਮਿਲਿਆ, ਇੱਕ ਟੀਜ਼ਰ ਸੁਣਨ ਨੂੰ ਮਿਲਿਆ, ਉਹਨੂੰ ਦੇਖਣ ਤੋਂ ਭਾਈ ਯਕੀਨ ਨਹੀਂ ਹੋ ਰਿਹਾ ਕਿ ਇਹ ਉਹੀ ਮੁੰਡਾ ਜਿਹਨੂੰ ਮੈਂ ਬੈਕ ਦਾ ਫਕਅਪ ਐਲਬਮ 'ਚ ਸੁਣਿਆ ਸੀਗਾ। ਇਹੀ ਪ੍ਰੈਕਟਿਸ ਆ, ਇਹੀ ਸਭ ਕੁਛ ਆ, ਇਹੀ ਮਿਹਨਤ ਆ ਜੋ ਕਰਨ ਔਜਲਾ ਹੁਣ ਤੱਕ ਕਰਦਾ ਆਇਆ, ਜੋ ਕਿ ਆਪਾਂ ਨੂੰ ਇਸ ਗਾਣੇ ਵਿੱਚ ਭਲੀ ਭਾਂਤੀ ਦੇਖਣ ਨੂੰ ਮਿਲਦੀ ਆ। ਹੁਣ ਤੱਕ ਆਪਾਂ ਕਰਨ ਔਜਲੇ ਦੇ ਬਹੁਤ ਸਾਰੇ ਗਾਣੇ ਸੁਣੇ ਆ, ਬਟ ਐਕਸਪੈਕਟ ਨਹੀਂ ਕੀਤਾ ਸੀ ਕਦੇ ਕਰਨ ਔਜਲੇ ਵੱਲੋਂ ਕੋਈ ਪਾਰਟੀ ਨੰਬਰ ਟਰੈਕ। ਤੁਸੀਂ ਬਾਲੀਵੁੱਡ ਦੇ ਵਿੱਚ ਬਾਦਸ਼ਾਹ, ਦਲਜੀਤ ਉਹਨਾਂ ਦੇ ਕਾਫੀ ਪਾਰਟੀ ਨੰਬਰ ਟਰੈਕ ਸੁਣੇ ਹੋਣਗੇ। ਚਲੋ ਆਪਾਂ ਹੁਣ ਤੋਂ ਪਹਿਲਾਂ ਕਰਨ ਔਜਲੇ ਦਾ ਇੱਕ ਹਿੰਦੀ ਸੈਡ ਗਾਣਾ ਜ਼ਰੂਰ ਸੁਣਿਆ ਸੀ, ਬਟ ਇੱਕ ਹਿੰਦੀ ਦੇ ਵਿੱਚ ਪਾਰਟੀ ਨੰਬਰ ਟਰੈਕ ਅਨਐਕਸਪੈਕਟਡ ਸੀਗਾ। ਸੋ ਫਾਈਨਲੀ ਅਨਾਊਂਸ ਹੋ ਚੁੱਕਿਆ ਜੀ, ਵਿੱਕੀ ਕੌਸ਼ਲ, ਐਮੀ ਵਿਰਕ, ਤ੍ਰਿਪਤੀ ਦਿਮਰੀ ਉਹਨਾਂ ਦੀ ਮੂਵੀ 'ਚ ਆ ਰਿਹਾ ਜੀ ਬੈਡ ਨਿਊਜ਼ ਦੇ ਵਿੱਚ। ਗਾਣਿਆਂ ਨਾਮ ਹੈ ਤੌਬਾ ਤੌਬਾ, ਇਹਦੀ ਇੱਕ ਸਨਿੱਪਟ ਜੀ ਸੁਣਨ ਨੂੰ ਮਿਲੀ ਆ, ਤੁਸੀਂ ਵੀ ਸੁਣ ਸਕਦੇ ਹੋ। ਸੋ ਜਿਹੜੀ ਇੱਕ ਝਲਕ ਸੁਣਨ ਨੂੰ ਮਿਲੀ ਆ, ਸੁਣ ਕੇ ਇੱਦਾਂ ਲੱਗ ਰਿਹਾ ਕਿ ਗਾਣਾ ਕਾਫੀ ਘੈਂਟ ਸਾਊਂਡ ਕਰ ਰਿਹਾ, ਸਪੈਸ਼ਲੀ ਯੈ ਪਰੂਫ ਬਾਈ ਦਾ ਮਿਊਜ਼ਿਕ ਆ। ਯੈ ਪਰੂਫ ਬਾਈ ਵੀ ਬਾਲੀਵੁੱਡ ਦੇ ਵਿੱਚ ਕੰਮ ਕਰ ਰਿਹਾ ਹੁਣ, ਓਫੀਸ਼ਲੀ ਕਰਨ ਵਾਲੇ ਦਾ ਫਸਟ ਡੈਬਿਊ ਟਰੈਕ ਆ। ਇਹਦੇ ਬਾਅਦ ਬੈਕ ਟੂ ਬੈਕ ਲੜੀ ਲੱਗ ਜਾਣੀ ਆ ਬਾਲੀਵੁੱਡ ਦੇ ਗਾਣਿਆਂ ਦੀ, ਕਿਉਂਕਿ ਬਾਲੀਵੁੱਡ ਹੁਣ ਦੇਖੂਗੀ ਔਜਲੇ ਦਾ ਸਟਾਰਡਮ, ਅਤੇ ਫਿਰ ਔਜਲੇ ਤੋਂ ਬੈਕ ਟੂ ਬੈਕ ਗਾਣੇ ਮੰਗਣੇ ਸ਼ੁਰੂ ਕਰੂਗੀ ਕਿ ਸਾਡੀ ਫਿਲਮ ਨੂੰ ਵੀ ਤੁਹਾਡਾ ਗਾਣਾ ਚਾਹੀਦਾ। ਕਿਉਂਕਿ ਸ਼ਾਇਦ ਕਰੀਅਰ ਹੀ ਇੱਦਾਂ ਹੁੰਦਾ ਕਿ ਫਿਲਮ ਕਰਕੇ ਗਾਣਾ ਨਹੀਂ ਹਿੱਟ ਹੁੰਦਾ, ਗਾਣੇ ਕਰਕੇ ਫਿਲਮ ਹਿੱਟ ਹੋ ਜਾਂਦੀ ਆ। ਸੋ ਮੈਨੂੰ ਕਾਫੀ ਹੱਦ ਤੱਕ ਲੱਗ ਰਿਹਾ ਇਸ ਵਾਰ ਇੱਦਾਂ ਵੀ ਕੁਛ ਹੋਣ ਵਾਲਾ, ਕਿਉਂਕਿ ਆਪਣੇ ਪੰਜਾਬੀ ਸਪੈਸ਼ਲੀ ਕਰਨ ਔਜਲੇ ਦੇ ਫੈਨ ਹਨ। ਮੈਂ ਵੀ ਜੇ ਕੋਈ ਇਸ ਮੂਵੀ ਨੂੰ ਦੇਖਣ ਜਾਊਗਾ ਤਾਂ ਸਪੈਸ਼ਲੀ ਕਰਨ ਔਜਲੇ ਨੂੰ ਉਸ ਵੱਡੀ ਸਕਰੀਨ 'ਤੇ ਦੇਖਣ ਲਈ ਦੇਖਣ ਜਾਵਾਂਗੇ ਫੋਰ ਸ਼ੋਰ। ਸੋ ਯਾਰ ਯਕੀਨ ਜਿਹਾ ਨਹੀਂ ਹੋ ਰਿਹਾ ਕਿ ਹੈ ਨਾ ਮੈਂ ਇਸ ਬੰਦੇ ਨੂੰ ਬੈਕ ਦਾ ਫਕਅਪ ਐਲਬਮ 'ਚ ਸੁਣਿਆ ਸੀ, ਐਡੀ ਦੇਸੀ ਠੇਠ ਪੰਜਾਬੀ ਐਲਬਮ, ਯੂਕੇ ਬੇਸਡ ਐਲਬਮ। ਉਸ ਐਲਬਮ ਦੇ ਵਿੱਚ ਜਦੋਂ ਉਹ ਐਲਬਮ ਆਈ ਸੀ, ਲੋਕ ਕਹਿੰਦੇ ਯਾਰ ਕੀ ਇਹ ਇੱਦਾਂ ਦੇ ਐਕਸਪੈਰੀਮੈਂਟ ਜੇ ਕਰ ਰਿਹਾ। ਹਾਲਾਂਕਿ ਉਦੋਂ ਪਹਿਲਾਂ ਔਜਲੇ ਬਾਈ ਦੇ ਕਾਫੀ ਗਾਣੇ ਹਿੱਟ ਹੋ ਚੁੱਕੇ ਸੀ, ਉਹ ਇੱਕ ਐਕਸਪੈਰੀਮੈਂਟਲ ਐਲਬਮ ਸੀ ਹੈ ਨਾ, ਉਹ 'ਚ ਪੂਰਾ ਦੇਸੀ ਕੰਮ ਕੀਤਾ। ਫਿਰ ਉਸ ਤੋਂ ਬਾਅਦ EPI ਹੈਡ, ਉਹ ਵੀ ਬਿਲਕੁਲ ਇੱਕ ਨਵੀਂ ਐਕਸਪੈਰੀਮੈਂਟਲ EP ਸੀਗੀ, ਜਿਹਦੇ ਵਿੱਚ ਬਿਲਕੁਲ ਨਿਊ ਸਕੂਲ ਚੀਜ਼ਾਂ ਹੋ ਗਈਆਂ, ਜੋ ਆਪਣੇ ਪੰਜਾਬੀ ਫਲੋ, ਰਾਈਮ ਸਕੀਮ, ਬਾਰਸ ਆਪਾਂ ਸੁਣੇ ਨਹੀਂ ਸੀ ਨਾ, ਉਹ ਸਭ ਚੀਜ਼ਾਂ ਆ ਗਈਆਂ ਫਿਰ। ਠੀਕ ਆ, ਉਸ ਤੋਂ ਬਾਅਦ ਆਉਂਦੀ ਆ ਜੀ ਅਗਲੀ ਐਲਬਮ ਮੇਕਿੰਗ ਮੈਮਰੀਜ਼, ਬਿਲਕੁਲ ਹੈ ਨਾ ਰੋਮੈਂਟਿਕ ਸਿੰਥਵੇਵ ਟਾਈਪ ਚੀਜ਼ਾਂ ਟਰਾਈ ਕੀਤੀਆਂ ਗਈਆਂ, ਉਹ ਵੀ ਇੱਕਦਮ ਬਿਲਕੁਲ ਡਿਫਰੈਂਟ ਚੀਜ਼ ਹੋ ਗਈ ਸੀ ਯਾਰ। ਮਤਲਬ ਔਜਲਾ ਕਦੇ ਵੀ ਐਕਸਪੈਰੀਮੈਂਟ ਕਰਨ ਤੋਂ ਡਰਦਾ ਨਹੀਂ। ਫਿਰ ਆ ਹੁਣ ਰੀਸੈਂਟ EP ਦੀ ਐਗਜ਼ਾਮਪਲ ਲੈ ਲਓ, ਫੋਰ ਮੀ ਇੱਕ ਬਿਲਕੁਲ ਨਵੀਂ ਐਕਸਪੈਰੀਮੈਂਟਲ EP ਆ, ਨਵੇਂ ਨਵੇਂ ਗਾਣੇ ਐਕਸਪੈਰੀਮੈਂਟ ਕੀਤੇ ਗਏ। ਪਹਿਲੀ ਗੱਲ ਲੋਕ ਕਹਿ ਰਹੇ ਕਿ ਯਾਰ ਇੱਦਾਂ ਦੇ ਗਾਣੇ ਨਾ ਟਰਾਈ ਕਰੇ, ਔਜਲੇ ਨੂੰ ਕਹੋ ਯਾਰ ਕਹੋ, ਬਟ ਇੱਦਾਂ ਦੇ ਗਾਣੇ ਕਰਕੇ ਹੀ ਔਜਲਾ ਜਿੱਥੇ ਵੀ ਪਹੁੰਚਿਆ ਉੱਥੇ ਪਹੁੰਚਿਆ। ਸੋ ਇੱਦਾਂ ਦੇ ਐਕਸਪੈਰੀਮੈਂਟਲ ਟਰੈਕ ਕਰਨੇ ਜ਼ਰੂਰੀ ਆ। ਹੁਣ ਜਿਹੜਾ ਮੂਵੀ ਦੇ ਵਿੱਚ ਵੀ ਗਾਣਾ ਰਿਹਾ ਬਿਲਕੁਲ ਐਕਸਪੈਰੀਮੈਂਟਲ ਟਰੈਕ ਆ, ਫੋਰ ਦਾ ਵੈਰੀ ਫਸਟ ਟਾਈਮ ਆਪਾਂ ਔਜਲੇ ਨੂੰ ਸੁਣਾਂਗੇ ਕਿਸੇ ਪਾਰਟੀ ਨੰਬਰ ਟਰੈਕ ਦੇ ਵਿੱਚ, ਮਜ਼ਾ ਆਉਣ ਵਾਲਾ, ਵੱਡੀ ਸਕਰੀਨ 'ਤੇ ਦੇਖਣ ਦਾ ਹੋਰ ਮਜ਼ਾ ਆਊਗਾ। ਮੈਂ ਬਹੁਤ ਐਕਸਾਈਟਡ ਹਾਂ ਇਸ ਗਾਣੇ ਨੂੰ ਲੈ ਕੇ, ਕੱਲ੍ਹ ਇਹ ਗਾਣਾ ਓਫਿਸ਼ਲੀ ਰਿਲੀਜ਼ ਹੋਜੂਗਾ। ਤੁਸੀਂ ਕਿੰਨੇ ਕੁ ਐਕਸਾਈਟਡ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਕੀ ਕਹਿਣਾ ਤੁਹਾਡਾ ਇਸ ਪਾਰਟੀ ਨੰਬਰ ਟਰੈਕ ਦੇ ਬਾਰੇ, ਕਿੰਨੇ ਕੁ ਐਕਸਾਈਟਡ ਹੋ ਔਜਲੇ ਨੂੰ ਇੱਦਾਂ ਦੀ ਬੀਟ 'ਤੇ ਅਪ ਬੀਟ ਜਾਂ ਟਰੈਕ ਸੁਣਨ ਦੇ ਲਈ, ਨੱਚਣ ਟੱਪਣ ਵਾਲਾ ਟਰੈਕ ਸੁਣਨ ਲਈ? ਕਮੈਂਟ ਕਰਕੇ ਜ਼ਰੂਰ ਦੱਸਿਓ।